मेरे ख्याल ना पै रही है YouTube Facebook ते भी अपा कोई बढ़ती चीज दिखा रहे हैं। टर्किश चेस्टरफील्ड सोफा। अच्छा टर्किश वाला ये है। हां जी क्या वर्साचे मॉडल हो रहा तैयार। अच्छा जी क्वालिटी टर्किश चेस्टरफील्ड च भी सेम है, एदे च भी सेम है, क्वालिटी इको ही है। अच्छा ਸਾਡੇ ਸਾਹਮਣੇ ਫਾਰਮਿੰਗ ਹੋਈ ਹੈ ਸਾਰੀ। ਚੱਪਾ ਉਹ ਨਵਾਰ ਲਗਾਈ ਹੈ। ਅੱਛਾ ਜੀ ਨਵਾਰ ਆਪਾਂ ਲਗਾਈ ਦੀ ਯੈਲੋ। ਓਕੇ ਯੈਲੋ ਨਵਾਰ ਲਗਾਉਂਦਾ ਨਹੀਂ ਕੋਈ ਮਾਰਕੀਟ 'ਚ। ਠੀਕ ਹੈ ਮਾਰਕੀਟ 'ਚ ਲੱਗਦੀਆਂ ਰੈੱਡ ਨਵਾਰਾਂ। ਆ ਨਾਰਮਲ ਆ ਗਿਆ ਕੱਪੜਾ। ਅੱਛਾ ਜੀ ਆ ਕੱਪੜੇ 'ਚ ਵੀ ਦੇਖੋ ਫਾਰਮ ਦੀ ਸਿਲਾਈ ਹੋਈ। ਠੀਕ ਹੈ ਮਾਰਕੀਟ ਸਿਲਾਈ ਕਰਦੀ 8 mm 'ਚ। ਹਾਂ ਅਸੀਂ ਸਿਲਾਈ ਕਰਦੇ ਆ 12 mm 'ਚ। ਜਿਹਦੇ ਨਾਲ ਕੀ ਹੈ ਕੱਪੜੇ 'ਚ ਡੈਪਥ ਆਉਂਦੀ ਆ ਵਿੱਚ। ਇਹ ਹੈਵੀ ਫਰੇਮ ਆ, ਜਿੱਦਾਂ ਮਰਜ਼ੀ ਚੱਕ ਕੇ ਮਾਰੋ ਇਹਨੂੰ ਕੋਈ ਚੱਕਰ ਨਹੀਂ, ਹੈਵੀ ਫਰੇਮ ਆ ਸਾਰਾ। ਠੀਕ ਹੈ ਆ ਸਾਰੀ ਮਸ਼ੀਨੀ ਸਿਲਾਈ ਹੈ। ਜਿੱਥੋਂ ਫਿਨਿਸ਼ਿੰਗ ਆਣੀ ਸੋਫਾ ਬਣ ਰਿਹਾ। ਕਸਟਮਰ ਨੇ ਆਨਲਾਈਨ ਆਰਡਰ ਕੀਤਾ ਸੀ ਕਾਂਗੜੇ ਤੋਂ, ਕਿਸੇ ਦਾ ਇਹ ਚੱਲਾ ਹੈ। ਇਹ ਮੇਰੇ ਖਿਆਲ ਨਾਲ ਪੰਚਕੂਲਾ ਸਾਈਡ ਚੱਲਾ। ਠੀਕ ਹੈ ਤੇ ਯੂ ਸ਼ੇਪ ਬਣਾਇਆ ਆਪਾਂ, ਕਸਟਮਰ ਦੇ ਸਾਈਜ਼ ਦੇ ਹਿਸਾਬ ਨਾਲ ਕਸਟਮਾਈਜ਼ ਕੀਤਾ। ਇਹਦੀ ਫਿਨਿਸ਼ਿੰਗ ਦੇਖੋ ਤੁਸੀਂ ਆਹ ਚੀਜ਼। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਕੰਟੈਂਟ ਦੇ ਵਿੱਚ। ਮੈਂ ਹੈਗਾ ਜੀ ਕਰਤਾਰਪੁਰ ਦੇ ਵਿੱਚ ਯੁਵਰਾਜ ਫਰਨੀਚਰ ਦੇ ਉੱਤੇ, ਤੇ ਬਾਈ ਜੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਫਰਨੀਚਰ ਤਿਆਰ ਕਿੱਦਾਂ ਹੁੰਦਾ ਆ। ਇਹ ਬਹੁਤ ਘੱਟ ਲੋਕੀ ਦਿਖਾਉਂਦੇ ਆ, ਬਹੁਤ ਘੱਟ ਮੈਨੂਫੈਕਚਰ ਦਿਖਾਉਂਦੇ ਆ ਕਿ ਉਹਨਾਂ ਦੇ ਸਮਾਨ ਦੇ ਵਿੱਚ ਕੀ ਕੁਝ ਕੁਆਲਿਟੀ ਲੱਗ ਰਹੀ ਹੈ। ਲੇਕਿਨ ਇਸ ਵੀਡੀਓ ਦੇ ਵਿੱਚ ਯੁਵਰਾਜ ਫਰਨੀਚਰ ਤੋਂ ਯੁਵਰਾਜ ਬਾਈ ਸਾਨੂੰ ਇਹ ਚੀਜ਼ ਦਿਖਾਉਣਗੇ ਕਿ ਵੀ ਕੁਆਲਿਟੀ ਕਿੱਦਾਂ ਦੀ ਯੂਜ਼ ਕਰਦੇ ਆ, ਹਨਾ ਵੀ ਰੋ ਫਰਨੀਚਰ ਆਪਾਂ ਜਦੋਂ ਫਾਈਨਲ ਦੇ ਵਿੱਚ। ਮੇਰੇ ਖਿਆਲ ਨਾਲ ਪੈ ਰਹੀ ਹੈ YouTube Facebook ਤੇ ਵੀ ਆਪਾਂ ਕੋਈ ਬਣਦੀ ਚੀਜ਼ ਦਿਖਾ ਰਹੇ ਆ। ਇਹ ਤਾਂ ਚਲੋ ਆਪਣਾ ਫੈਕਟਰੀ ਆਊਟਲੈਟ ਆਪਾਂ ਦਿੱਤਾ। ਇਹ ਫੈਕਟਰੀ ਆਊਟਲੈਟ ਹੈ ਤੇ ਇਹ ਭਾਈ ਕਿਹੜੀ ਰੋਡ ਤੇ ਜਾਂਦੀ ਹੈ, ਕਿਸ ਰੋਡ ਤੇ? ਇਹ ਭਾਜੀ ਹੈਗੀ ਕਪੂਰਥਲਾ ਰੋਡ। ਅੱਛਾ ਕਪੂਰਥਲੇ ਰੋਡ ਦੇ ਸਾਹਮਣੇ ਰੇਲਵੇ ਸਟੇਸ਼ਨ ਆ। ਰੇਲਵੇ ਸਟੇਸ਼ਨ ਤੇ ਕਰਤਾਰਪੁਰ ਦਾ ਰੇਲਵੇ ਸਟੇਸ਼ਨ ਸਾਹਮਣੇ ਇਹਦੇ ਬੈਕ ਸਾਈਡ ਤੇ ਹੈ ਤੇ ਮੇਨ ਭਾਈ ਜੀ ਦਾ ਇੱਥੇ ਇੱਕ ਆਪਣਾ ਫੈਕਟਰੀ ਆਊਟਲੈਟ ਹੈ ਤੇ ਭਾਈ ਜੀ ਦਾ ਹੁਣ ਕਿੱਥੇ ਵੀ ਤਿਆਰ ਹੁੰਦਾ ਯਾਰ ਰੋ ਮਟੀਰੀਅਲ ਕਿਵੇਂ ਦਾ ਯੂਜ਼ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਦਿਖਾਵਾਂਗੇ ਕਿ ਫਾਈਨਲ ਪ੍ਰੋਡਕਟ ਦੇ ਉੱਤੇ ਵੀ ਜਦੋਂ ਕਨਵਰਟ ਕਰਦੇ ਆ ਮਟੀਰੀਅਲ ਨੂੰ ਉਹ ਕਿਵੇਂ ਦਾ ਹੁੰਦਾ ਹੈ। ਸੋ ਕੁਝ ਇਸ ਹਿਸਾਬ ਦੇ ਨਾਲ ਬਾਈ ਜੀ ਦਾ ਇਹ ਵਰਕਿੰਗ ਏਰੀਆ ਤੇ ਆਪਣਾ ਸਾਧ ਹੁਣ ਸਾਰੇ ਲੱਗੇ ਹੋਏਗਾ ਬੈੱਡ ਦਾ। ਅੱਛਾ ਜੀ ਹਾਂਜੀ ਹੁਣ ਉਹ ਮਾਈਕੇ ਪ੍ਰੈਸ ਹੋ ਰਹੇ ਬੈੱਡ ਦੇ। ਠੀਕ ਹੈ ਇਹ ਸਾਰਾ ਬੈੱਡ ਇੱਥੇ ਬਣਦੇ ਆ। ਅੱਛਾ ਜੀ ਹਾਂਜੀ ਆ ਨਾਲ ਪਾਲਿਸ਼ਿੰਗ ਦਾ ਕੰਮ ਚੱਲ ਰਿਹਾ ਸਾਡਾ। ਅੱਛਾ ਜੀ ਆ ਤੁਸੀਂ ਰਾਈਟ ਸਾਈਡ ਤੇ ਦੇਖੋਗੇ ਵੀ ਪਾਲਿਸ਼ਿੰਗ ਦਾ ਹੋ ਰਿਹਾ ਕੰਮ ਤੁਹਾਡੇ। ਠੀਕ ਹੈ ਇਹ ਬਾਈ ਜੀ ਬੈੱਡ ਵਾਲਾ ਸੈਕਸ਼ਨ ਆ ਆਪਣਾ, ਹਨਾ ਵੀ ਸਾਰੀ ਇਹ ਭਾਜੀ ਅਗਰ ਤੁਸੀਂ ਥੋੜਾ ਦੱਸੋ ਇਹ ਭਾਈ ਸਾਹਿਬ ਕੀ ਕਰ ਰਹੇ ਹਨ। ਇਹ ਭਾਜੀ ਪਹਿਲਾਂ ਕਰ ਰਹੀ ਹੈ ਉਹਦੇ ਉੱਤੇ ਰਗੜਾਈ, ਇਹਦੇ ਹੁਣ ਪਾਲਿਸ਼ ਹੋਈ ਹੈ, ਇਹਦੇ ਉੱਤੇ ਫਾਈਨਲ ਕੋਟਿੰਗ ਨੂੰ ਜਾਣਾ ਹੈ ਸਮਾਨ। ਠੀਕ ਹੈ ਜੀ ਹਾਂਜੀ ਓਕੇ। ਤੋਂ ਕੁਝ ਇਸ ਹਿਸਾਬ ਨਾਲ ਇਹ ਬੈੱਡ ਵਾਲਾ ਸੈਕਸ਼ਨ ਹੋ ਗਿਆ ਭਾਜੀ ਆਪਣਾ, ਉਸ ਤੋਂ ਬਾਅਦ ਇਹ ਸਾਰਾ ਭਾਜੀ ਬੈੱਡ ਵਾਲਾ ਹੀ ਹੈ ਵੈਸੇ। ਹਾਂਜੀ ਭਾਜੀ ਓਕੇ। ਆ ਫਿਰ ਇਧਰੋਂ ਅੱਗੇ ਆਪਣੇ ਆ ਗਏ ਸੋਫੇ ਦੇ ਫਰੇਮਿੰਗ ਦਾ ਸੈਕਸ਼ਨ। ਅੱਛਾ ਜੀ ਹੁਣ ਆ ਸਾਰੇ ਸੋਫੇ ਦੀ ਫਰੇਮਿੰਗ ਆ ਭਾਜੀ। ਠੀਕ ਆ। ਅੱਛਾ ਇਹ ਫਰੇਮਿੰਗ ਆਪਣੀ ਜਿਹੜੀ ਤੁਸੀਂ ਕਹਿ ਰਹੇ ਸੀ ਆ ਹੁਣ ਲੱਕੜ ਦੇ ਨਾਲ ਪਲਾਈ ਲੱਗੀ ਆ 12 mm ਦੀ ਪਲਾਈ ਆ। ਅੱਛਾ ਨਾਲ ਲੱਕੜ ਲੱਗੀ ਆ ਪ੍ਰੋਪਰ। ਠੀਕ ਹੈ ਹੈਵੀ ਫਰੇਮ ਬਣਾਈ ਦੇ ਸਾਰੇ। ਆ ਸਾਰਾ ਮਤਲਬ ਸਾਰਾ ਮਸ਼ੀਨੀ ਕੰਮ ਹੁੰਦਾ ਭਾਜੀ, ਕੋਈ ਮਤਲਬ ਇਦਾਂ ਨਹੀਂ, ਸਾਰਾ ਮਸ਼ੀਨੀ ਕੰਮ ਆ। ਹੁਣ ਉਹ ਮੇਖਾਂ ਵੀ ਲੱਗ ਰਹੀਆਂ ਸਾਰੀਆਂ ਗਨ ਦੇ ਨਾਲ, 에ਅਰ ਪ੍ਰੈਸ਼ਰ ਨਾਲ ਲੱਗਦੀਆਂ। ਅੱਛਾ ਵੀ ਤਾਂ ਕਿ ਮਜ਼ਬੂਤ ਬੌਂਡ ਹੋਵੇ ਨਾ। ਦੇਖੋ ਆ ਸਾਰੀਆਂ ਲੱਗੀਆਂ 에ਅਰ ਪ੍ਰੈਸ਼ਰ ਨਾਲ ਲੱਗੀਆਂ, ਇਹ ਨਿਕਲ ਨਹੀਂ ਸਕਦੀਆਂ ਨੇ। ਠੀਕ ਹੈ ਜੀ ਹਾਂਜੀ ਵੀ ਆਪਾਂ ਜੇ ਖਿੱਚੀਏ ਖਿੱਚਣਾ ਵੀ ਚਾਹੀਏ ਤੇ ਬਹੁਤ ਮੁਸ਼ਕਿਲ ਦੇ ਨਾਲ, ਹਨਾ ਭਾਜੀ। ਹੈਵੀ ਫਰੇਮ ਆ, ਜਿੱਦਾਂ ਮਰਜ਼ੀ ਚੱਕ ਕੇ ਮਾਰੋ ਇਹਨੂੰ ਕੋਈ ਚੱਕਰ ਨਹੀਂ, ਹੈਵੀ ਫਰੇਮ ਆ ਸਾਰਾ। ਠੀਕ ਹੈ ਬਾਈ ਟੋਟਲ ਤੇ ਨਾਲੇ ਮੇਨ ਆ ਸਾਈਜ਼ ਪੂਰਾ ਪ੍ਰੋਪਰ ਸਾਈਜ਼ ਆ। ਅੱਛਾ ਜੀ ਨਾਲੇ ਤਰੇਕ ਦੀ ਲੱਕੜ ਆ, ਇਹਨੂੰ ਕੀੜਾ ਨਹੀਂ ਪੈਂਦਾ ਭਾਜੀ। ਅੱਛਾ ਕੀੜਾ ਨਹੀਂ ਪਏਗਾ ਤਾਂ ਹੀ ਤੁਸੀਂ ਵਾਰੰਟੀ ਵੀ ਦਿੰਦੇ ਆ। ਹੁਣ ਕਾਰਨਰ ਆ ਗਿਆ। ਅੱਛਾ ਜੀ ਇਹ ਆਪਣਾ ਕਾਰਨਰ ਸੋਫੇ ਦਾ, ਹਨਾ। ਹਾਂਜੀ ਹਾਂਜੀ ਠੀਕ ਹੈ ਬਾਈ। ਆ ਹੁਣ ਅੰਦਰ ਇੱਧਰ ਭਾਜੀ ਆਪਣੇ ਬੰਦੇ ਆ, ਉਹ ਸਾਹਮਣੇ ਬੈੱਡ ਦੀ ਗੱਡੀਆਂ ਬਣ ਰਹੀਆਂ। ਅੱਛਾ ਜੀ ਹਾਂਜੀ ਇਹ ਆਪਣਾ ਸੋਫੇ ਵਾਲਾ ਸੈਕਸ਼ਨ ਹੋ ਗਿਆ। ਹਾਂਜੀ ਭਾਜੀ ਦੱਸਦੇ ਚਲੋ ਕਿ ਵੀ ਹਨਾ ਕੀ ਕੰਮ ਕਿੱਧਰੋਂ ਸ਼ੁਰੂ ਕਰਦੇ ਆ ਤੇ ਕੁਆਲਿਟੀ ਵਾਈਜ਼ ਤੁਸੀਂ ਕਿੱਦਾਂ ਫੋਕਸ ਕਰਦੇ ਹੋ। ਅਸੀਂ ਸਟਾਰਟ ਕਰਦੇ ਆ, ਪਹਿਲੇ ਬਣ ਰਹੀਆਂ ਬੈੱਡ ਦੀਆਂ ਤੇ ਡਾਈਨਿੰਗ ਚੇਅਰ ਦੀ ਗੱਡੀਆਂ। ਅੱਛਾ ਜੀ ਇੱਥੇ ਥੋੜੀ ਆਵਾਜ਼ ਉਸ ਹਿਸਾਬ ਨਾਲ ਹੀ। ਬਿਲਕੁਲ ਬਈ ਕਿਉਂਕਿ ਆਪਣੇ ਕੰਮ ਦਾ ਏਰੀਆ ਆ। ਬਿਲਕੁਲ ਸੋ ਆ ਹੁਣ ਉਧਰ ਵੀ ਕੰਪਰੈਸ਼ਰ ਲੱਗਾ, ਸਾਰਾ ਮਤਲਬ ਮਸ਼ੀਨੀ ਕੰਮ ਆ। ਅੱਛਾ ਜੀ ਠੀਕ ਹੈ। ਆ ਹੁਣ ਆ ਗਿਆ ਆਪਣਾ ਟਰਕਿਸ਼ ਚੈਸਟਰਫੀਲਡ ਸੋਫਾ ਬਣ ਗਿਆ। ਅੱਛਾ ਟਰਕਿਸ਼ ਵਾਲਾ ਇਹ ਆ। ਹਾਂਜੀ ਹੁਣ ਇਹ ਚ ਦੇਖੋ ਆ ਹੁਣ ਮਸ਼ੀਨ ਨਾਲ ਸ਼ੇਪ ਕੱਢੇ ਆ। ਅੱਛਾ ਜੀ ਹੁਣ ਇਹਦੇ ਤੋਂ ਸਲਾਈਆਂ ਖਿੱਚਣੀਆਂ, ਉਹਨਾਂ ਫਾਰਮ ਦੀ ਤੁਸੀਂ ਕੁਆਲਿਟੀ ਦੇਖੋ। ਹਾਂ ਇਸ ਦਾ ਨਾ ਕੁਸ਼ਨ ਇੱਕ ਦਿਖਾਓ। ਹੁਣ ਇਹਦੇ ਚ ਆਪਾਂ ਉਹ ਨਵਾਰ ਲਗਾਈ ਆ। ਅੱਛਾ ਜੀ ਨਵਾਰ ਆਪਾਂ ਲਗਾਈ ਦੀ ਯੈਲੋ। ਓਕੇ ਯੈਲੋ ਨਵਾਰ ਲਗਾਉਂਦਾ ਨਹੀਂ ਕੋਈ ਮਾਰਕੀਟ 'ਚ। ਠੀਕ ਹੈ ਮਾਰਕੀਟ 'ਚ ਲੱਗਦੀਆਂ ਰੈੱਡ ਨਵਾਰਾਂ। ਅੱਛਾ ਜੀ ਰੈੱਡ ਨਵਾਰਾਂ ਅਸੀਂ ਲਗਾਉਂਦੇ ਇਹਨਾਂ ਦੀ ਬੈਕ ਤੇ। ਆ ਦੇਖੋ ਤੁਹਾਨੂੰ ਦਿਖਾਉਣਾ ਆ ਚੀਜ਼ ਹੈ ਜੀ।
ਆਪਾਂ ਸੋਫੇ ਦੀ ਬੈਕ ਤੇ ਰੈੱਡ ਨਵਾਰ ਲਾਈ ਦੀ। ਅੱਛਾ ਜੀ। ਆ ਹੁਣ ਸੋਫਾ ਰੈਡੀ ਹੋ ਰਿਹਾ, ਥੱਲੇ ਦੇਖੋ ਯੈਲੋ ਲੱਗੀ ਹੋਈ। ਅੱਛਾ ਬਿਲਕੁਲ ਭਾਈ। ਹੁਣ ਇਹ ਕੋਈ ਲੁਕਾ ਨਹੀਂ ਹੈਗਾ, ਹੁਣ ਆ ਪਹਿਲੇ ਦਾ ਪੀਸ ਬਣਿਆ ਪਿਆ। ਹਾਂ ਹੁਣ ਆ ਫੋਮਿੰਗ ਕੁਸ਼ਨ। ਅੱਛਾ ਜੀ। ਹੁਣ ਆ ਵੀ ਫਰੇਮ ਆ ਗਿਆ ਇੱਥੇ, ਹੁਣ ਆ ਬੈਕ ਤੇ ਵੀ ਯੈਲੋ ਲੱਗੀ ਨਵਾਰ। ਠੀਕ ਹੈ। ਆਪਣੀ ਹੈਗੀ ਸਿਲਾਈ ਮਸ਼ੀਨਾਂ ਭਾਜੀ। ਅੱਛਾ ਇਹਦੇ ਜਿੰਨਾ ਕੰਮ ਆ ਸਾਰੀ ਮਸ਼ੀਨੀ ਸਿਲਾਈ ਹੁੰਦੀ ਆ, ਦੇਖੋ। ਠੀਕ ਹੈ। ਆ ਸਾਰੀ ਮਸ਼ੀਨੀ ਸਿਲਾਈ ਆ ਜਿੱਥੋਂ ਫਿਨਿਸ਼ਿੰਗ ਆਣੀ। ਕੁਆਲਿਟੀ ਤੁਹਾਡੇ ਸਾਹਮਣੇ ਹੈ, ਥਿਕਨੈਸ ਤੁਹਾਡੇ ਸਾਹਮਣੇ ਹੈ। ਇਹਦੇ ਚ ਤੁਸੀਂ ਹੁਣ ਵੀਡੀਓ ਹੀ ਤਾਂ ਚਲੋ ਨਹੀਂ ਪਤਾ ਲੱਗਣਾ, ਤੁਸੀਂ ਆ ਕੇ ਜਦੋਂ ਬੈਠ ਕੇ ਫੀਲ ਕਰੋਗੇ ਉਦੋਂ ਤੁਹਾਨੂੰ ਇਹਦਾ ਚੀਜ਼ ਦਾ ਆਈਡੀਆ ਹੋਏਗਾ। ਬਣਦਾ ਦੇਖਣਾ ਇਹ ਨੀ ਹੈਗਾ, ਆਪਾਂ ਵੀਡੀਓ ਚ ਬਣਾ ਰਹੇ, ਕੋਈ ਵੀ ਕਸਟਮਰ ਬਣਦਾ ਦੇਖਣਾ ਦੇਖ ਸਕਦਾ, ਮਤਲਬ ਕਿ ਆਪਣਾ ਕਸਟਮਰ ਆ ਕੇ ਹਨਾ ਵੀ ਦੇਖ ਸਕਦਾ ਆ, ਕੋਈ ਚੱਕਰ ਨੀ ਕੀ ਆ। ਉਸ ਤੋਂ ਬਾਅਦ ਬਾਈ ਜੀ ਆਪਣੇ ਸੈਕਸ਼ਨ ਦੇ ਉੱਤੇ ਅੱਗੇ ਕੀ ਤਿਆਰ ਹੋ ਰਿਹਾ? ਅੱਗੇ ਆ ਗਿਆ ਭਾਜੀ ਇਹ ਸੈਪਰੇਟ ਸੈਕਸ਼ਨ ਆ, ਹੁਣ ਇੱਥੇ ਬਣਦੇ ਜਿਹੜੇ ਆਪਾਂ ਛੋਟੇ 7 ਸੀਟਰ ਦਿਖਾਏ ਸੀ। ਠੀਕ ਹੈ। ਆ ਵਰਸਾਚੇ ਮਾਡਲ ਹੋ ਰਿਹਾ ਤਿਆਰ। ਅੱਛਾ ਜੀ। ਕੁਆਲਿਟੀ ਟਰਕਿਸ਼ ਚੈਸਟਰ ਫੀਲਡ ਚ ਵੀ ਸੇਮ ਆ, ਇਹਦੇ ਚ ਵੀ ਸੇਮ ਆ, ਕੁਆਲਿਟੀ ਇੱਕੋ ਹੀ ਆ। ਆ ਸਾਡੇ ਸਾਹਮਣੇ ਫੋਮਿੰਗ ਹੋਈ ਆ ਸਾਰੀ। ਠੀਕ ਹੁਣ ਜਿਹੜਾ ਸਾਡਾ ਕੱਪੜਾ ਵੀ ਆ, ਹੁਣ ਆ ਪਿਆ ਹੋਇਆ ਭਾਜੀ ਕੱਪੜਾ, ਆ ਨਾਰਮਲ ਆ ਗਿਆ ਕੱਪੜਾ। ਅੱਛਾ ਜੀ। ਆ ਕੱਪੜੇ ਚ ਵੀ ਦੇਖੋ ਫੋਮ ਦੀ ਸਿਲਾਈ ਹੋਈ। ਠੀਕ ਹੈ। ਮਾਰਕੀਟ ਸਿਲਾਈ ਕਰਦੀ 8 mm ਚ, ਅਸੀਂ ਸਿਲਾਈ ਕਰਦੇ ਆ 12 mm ਚ, ਜਿਹਦੇ ਨਾਲ ਕੀ ਆ ਕੱਪੜੇ ਚ ਡੈਪਥ ਆਉਂਦੀ ਆ ਵਿੱਚ। ਇਹ ਛੋਟੀ ਮੋਟੀ ਚੀਜ਼ਾਂ ਹੁੰਦੀਆਂ ਬਸ, ਇਹ ਇਹਦੇ ਤੇ ਵੀ ਆਪਾਂ ਕੰਮ ਕਰਦੇ ਆ। ਉਸ ਤੋਂ ਬਾਅਦ ਹਨਾ ਹੁੰਦਾ ਆ, ਉਸ ਤੋਂ ਬਾਅਦ ਭਾਜੀ ਆਪਣੇ ਕੋਲ ਆ ਗਏ ਇਹ ਵਾਲੇ ਪਾਸਾ, ਇਹ ਆ ਗਏ ਭਾਜੀ 12 ਸੀਟਰ ਵਾਲੇ ਜਿਹੜੇ ਆਪਾਂ ਵੱਡੇ ਸਾਈਜ਼ ਦੇ ਵਿੱਚ ਹਨਾ। ਠੀਕ ਹੈ। ਆ ਸਾਰੇ ਬਣ ਰਹੇ ਆ ਸੋਫੇ, ਆ ਦੇਖੋ ਆ ਕੋਰਨਰ ਆ ਗਿਆ, ਆ ਸਿਲਾਈ ਮਸ਼ੀਨ ਇੱਕ ਇੱਧਰ ਲੱਗੀ ਹੋਈ ਹੈ, ਇੱਕ ਉਹ ਕੰਪਰੈਸ਼ਰ ਆਉਣਾ, ਜਿੰਨਾ ਸਾਡੀ ਪਾਈਪਲਾਈਨ ਪਈ ਆ ਸਾਰਾ ਹਵਾ ਏਅਰ ਪ੍ਰੈਸ਼ਰ ਨਾਲ ਹੁੰਦਾ ਕੰਮ। ਅੱਛਾ ਜੀ। ਹਾਂਜੀ ਠੀਕ ਹੈ ਬਾਈ। ਤੇ ਬਾਈ ਜਦੋਂ ਹੁਣ ਸੋਫੇ ਤਿਆਰ ਹੋਣ ਦੇ ਵਿੱਚ ਕਿੰਨਾ ਟਾਈਮ ਲੱਗ ਜਾਂਦਾ ਆ ਵੀ? ਕਿੰਨੇ ਇੱਕ ਦਿਨ ਚ ਹੁਣ ਇੱਥੇ ਇੰਨਾ ਕੁ ਖਲਾਰਾ ਪਿਆ ਆ, ਤੁਸੀਂ ਰੁਕੋ 4 ਘੰਟੇ ਤੁਹਾਨੂੰ ਸਾਰੇ ਰੈਡੀ ਬਣਾ ਦਾਂਗੇ। ਅੱਛਾ ਵੀ ਮਤਲਬ ਫਾਈਨਲ ਪ੍ਰੋਡਕਟ ਤਿਆਰ ਹੋਊਗਾ? ਕੁਝ 4 ਤੋਂ 5 ਘੰਟੇ, ਮਤਲਬ ਸ਼ਾਮ ਤੱਕ ਬੰਦਿਆਂ ਨੇ ਤੁਹਾਡੇ ਛੁੱਟੀ ਤਦ ਤੱਕ ਨਹੀਂ ਕਰਨੀ ਜਦ ਤੱਕ ਖਤਮ ਨਹੀਂ ਹੋਣਗੇ। ਅੱਛਾ ਵੀ ਇੰਨੇ ਇੰਨਾ ਤੇਜ਼ ਕੰਮ ਹੁੰਦਾ ਹੈ? ਇੱਕ ਦਿਨ ਚ 5 ਸੋਫੇ ਬਣਾਈਦੇ ਹੀ ਬਣਾਈਦੇ। ਅੱਛਾ ਜੀ। ਇੱਕ ਸਿਲਾਈ ਮਸ਼ੀਨ ਉਹ ਚੱਲ ਰਹੀ ਹੈ, ਇੱਕ ਸਿਲਾਈ ਮਸ਼ੀਨ ਆ ਚੱਲ ਰਹੀ ਹੈ। ਠੀਕ ਹੈ। ਇੱਕ ਸਿਲਾਈ ਮਸ਼ੀਨ ਬੈੱਡ ਵਾਲੇ ਕੋਲ ਲੱਗੀ। ਅੱਛਾ ਜੀ। ਸਾਰਾ ਮਸ਼ੀਨੀ ਕੰਮ ਆ, ਉਹਨਾਂ ਦੀ ਕੱਪੜਾ ਸਿਲਾਈ ਹੋ ਰਿਹਾ ਸਾਰਾ, ਉਹ ਪਿੱਲੋ ਬਣੇ ਹੋਏ ਆ। ਅੱਛਾ ਜੀ। ਆ ਕੱਪੜੇ ਦੀ ਕਟਿੰਗ ਹੋ ਰਹੀ ਸਾਰੀ। ਅੱਛਾ, ਇਹ ਮਾਸਟਰ ਸਾਹਿਬ ਲੱਗੇ ਹੋਏ ਆ ਨਾ ਵੀ ਕਟਿੰਗ ਕਰਨ ਦੇ ਲਈ? ਬਿਲਕੁਲ। ਇਹ ਭਾਜੀ ਕਿਹੜੇ ਡਿਜ਼ਾਈਨ ਦੇ ਲਈ ਕੱਟ ਕਰ ਰਹੇ ਨੇ? ਇਹ ਕੌਣ ਸਾ ਸੋਫਾ ਬਣ ਰਿਹਾ? ਇਹ ਬਣ ਰਿਹਾ ਜੀ, ਛੋਟਾ ਸੈੱਟ ਬਣ ਰਿਹਾ ਡੋਰੀ ਵਾਲਾ। ਅੱਛਾ, ਡੋਰੀ ਵਾਲਾ ਪਹਿਲੀ ਵੀਡੀਓ ਮੇ ਸਭ ਤੋਂ ਪਹਿਲੀ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ। ਸੋ ਕੁਛ ਇਸ ਹਿਸਾਬ ਦੇ ਨਾਲ ਉਸਤਾਦ ਜੀ ਲੱਗੇ ਹੋਏ ਆ ਕੱਟਣ ਦੇ ਵਿੱਚ। ਥੋੜਾ ਸੋਫਾ ਬਣ ਰਿਹਾ, ਕਸਟਮਰ ਨੇ ਆਨਲਾਈਨ ਆਰਡਰ ਕੀਤਾ ਸੀ ਕਾਂਗੜੇ ਤੋਂ। ਅੱਛਾ ਜੀ। ਅੱਛਾ, ਹਿਮਾਚਲ ਵਾਲੇ? ਓਕੇ। ਥੋੜਾ ਸੋਫਾ ਹੈਗਾ ਆ ਵਾਲਾ ਜੀ, ਆ ਦੇਖੋ, ਆ ਹੁਣੀ ਕਸਟਮਰ ਦਾ ਮੈਸੇਜ ਵੀ ਆਇਆ। ਅੱਛਾ ਵੀ ਕਦੋਂ ਪਿਕ ਕਰਾਈਏ ਜੀ, ਆ ਤਾਂ ਦਿਖਾਣੇ ਆ ਜੀ ਫੋਨ ਤੇ, ਆ ਦੇਖੋ ਕੁਛ ਇਸ ਹਿਸਾਬ ਦੇ ਨਾਲ ਆ ਕਸਟਮਰ ਨੇ ਫੋਟੋ ਭੇਜੀ ਸੀ। ਅੱਛਾ ਹਾਂਜੀ, ਰੈਡੀ ਕਰਕੇ ਵੀ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਸੋਫਾ ਕਿੱਦਾਂ ਦਾ ਤਿਆਰ ਹੋ ਰਿਹਾ, ਬਿਲਕੁਲ ਕਿੱਦਾਂ ਦਾ ਵੀ ਮਟੀਰੀਅਲ ਯੂਜ ਕਰਦੇ ਆ ਤੇ ਕਿਸ ਹਿਸਾਬ ਦੇ ਨਾਲ ਵੀ ਦੇਖੋ ਕਿ ਲੋਕ ਲੱਗੇ ਹੋਏ ਆ ਤਾਂ ਕਿ ਵੀ ਜੋ ਵੀ ਫੁਲਫਿਲ ਡਿਮਾਂਡ ਹੈ ਉਹ ਕਰ ਸਕੀਏ। ਤੇ ਕੱਟ ਵੀ ਆਪਣੇ ਕੋਲ ਭਾਜੀ 55 ਤੋਂ 60 ਬੰਦੇ ਦੀ ਲੇਬਰ ਹੈਗੀ ਹੈ। ਅੱਛਾ ਜੀ। ਕੰਮ ਕਰ ਰਹੇ ਵੀ ਲੱਗੇ ਹੋਏ ਆ ਹਨਾ, ਵੀ ਇੱਕ ਪੂਰੀ ਵੱਡੀ ਟੀਮ ਹੈ। ਬਿਲਕੁਲ। ਉਹ ਡਿਮਾਂਡ ਜਿਹੜੀ ਉਹ ਲਗਾਤਾਰ ਫੁਲਫਿਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਅਸੀਂ ਆਊਟਸੋਰਸ ਨਹੀਂ ਕਰਦੇ। ਅੱਛਾ। ਇਹ ਤਾਂ ਮੋਸਟਲੀ ਕੀ ਹੁੰਦਾ ਆਊਟਸੋਰਸ, ਜਿੱਦਾਂ ਤੁਸੀਂ ਕਿਹਾ ਸੀਗਾ ਕਿ ਵੀ ਅਸੀਂ ਆਪਦੀ ਪ੍ਰੋਡਕਸ਼ਨ ਦੀ ਤਿਆਰ, ਆਪਦੀ ਪ੍ਰੋਡਕਸ਼ਨ ਆ ਸਰ, ਵੀ ਆਪਣੀ ਪ੍ਰੋਡਕਸ਼ਨ ਹੈ। ਸੋ ਇੱਕ ਕੁਛ ਇਸ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਵੀ ਲੋਕ ਲੱਗੇ ਹੋਏ ਆ ਤੇ ਫਾਈਨਲ ਪ੍ਰੋਡਕਟ ਤਿਆਰ ਕਰਨ ਦੇ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ। ਤੇ ਬਾਈ ਜੀ ਇੱਕ ਚੀਜ਼ ਹੋਰ ਦੱਸੋ ਕਿ ਸਪੈਸ਼ਲ ਏਰੀਆ ਕਿਹੜਾ ਹੁੰਦਾ ਕਿ ਵੀ ਹਾਂ ਯਾਰ ਇਹ ਚੀਜ਼, ਜਿੱਦਾਂ ਹੁਣ ਤੁਸੀਂ ਇਲਾਈਟ ਦੇ ਵਿੱਚ ਸੋਫੇ ਦੱਸੇ ਸੀਗੇ ਨਾ, ਮਹਿੰਗੇ ਸੋਫੇ ਜਿਹੜੇ ਤਿਆਰ ਹੁੰਦੇ ਭਾਜੀ, ਸੋਫੇ 'ਚ ਜਿਹੜੀ ਮੇਨ ਬੈਕਬੋਨ ਹੁੰਦੀ ਫਰੇਮ ਆਪਾਂ ਦਿਖਾਤੇ। ਅੱਛਾ, ਫਰੇਮ ਫਰੇਮ ਤੋਂ ਬਾਅਦ ਹੁੰਦੀ ਆ ਸਪਰਿੰਗ ਨਵਾਰਾ। ਅੱਛਾ, ਮੋਸਟਲੀ ਕੀ ਕਰਦੇ ਆ ਜਿਹੜਾ ਯੈਲੋ ਨਵਾਰ ਲਗਾਉਂਦਾ ਉਹ ਸਪਰਿੰਗ ਨਹੀਂ ਲਗਾਉਂਦਾ, ਸਾਡੇ ਸਪਰਿੰਗ ਤੁਹਾਨੂੰ ਮੈਂ ਦਿਖਾ ਵੀ ਦਿੰਦਾ। ਅੱਛਾ ਜੀ। ਕੋਲ ਟਾਨਾ ਸੋਫੇ ਕੋਲ।
उल्टाना इसे ਉਨਾ ਫਰੇਮ ਇਹਦੇ ਉੱਤੇ ਕਪੜਾ ਚੜਨਾ ਅੱਛਾ ਜੀ ਸਾਹਿਬ ਆ ਥੱਲੇ ਸਪਰਿੰਗ ਲੱਗੇ ਆ ਜੀ ਠੀਕ ਹੈ ਸਪਰਿੰਗ ਉੱਤੇ ਯੈਲੋ ਨਵਾਰ ਉੱਤੇ ਫੋਮ ਦੇ ਉੱਤੇ ਕੁਸ਼ਨ ਲੱਗਾ ਆ ਬੈਕ ਆ ਗਈ ਬੈਕ ਦੇ ਉੱਤੇ ਰੈਡ ਨਵਾਰ ਲਗਾਈ ਹੈ ਕਿਉਂਕਿ ਬੈਕ ਤੇ ਜ਼ੋਰ ਨੀ ਜ਼ਿਆਦਾ ਪੈਂਦਾ ਅੱਛਾ ਰੈਡ ਨਵਾਰ ਉੱਤੇ ਫੋਮਿੰਗ ਕੀਤੀ ਹੋਈ ਹੁਣ ਇਹਦੇ ਉੱਤੇ ਸਾਰਾ ਕਪੜਾ ਚੜਨਾ ਇਹਦੇ ਤੇ ਉੱਤੇ ਫਿਰ ਆਪਾਂ ਹਨਾ ਵੀ ਫਿਨਿਸ਼ ਇਹਦੇ ਤੋਂ ਉੱਪਰ ਕੁਆਲਿਟੀ ਨੀ ਹੋਈ ਜਾਣੀ ਯੈਲੋ ਨਵਾਰ ਤੱਕ ਦਾ ਚੈਲੰਜ ਆ ਰੈਡ ਨਵਾਰ ਹੈਗੀ 130 ਰੁਪਏ ਦਾ ਪਿੰਨਾ ਅੱਛਾ ਯੈਲੋ ਨਵਾਰ ਹੈਗਾ 380 ਰੁਪਏ ਦਾ ਠੀਕ ਹੈ ਕਿੰਨੇ ਲਗਾਣਾ ਰੇਟ ਦਾ ਇੰਨਾ ਕੁ ਫਰਕ ਪੈਂਦਾ ਬਟ ਆਪਣੇ ਕੋਲ ਜੋ ਹੈਗਾ ਸਾਰੇ ਸੋਫਿਆਂ ਚ ਸੋਫਾ ਚਾਹੇ 10-12 ਹਜ਼ਾਰ ਵਾਲਾ ਵੀ ਲੈ ਲਓ ਉਹਦੇ ਚ ਬਸ ਇੱਕ ਆਪਾਂ ਕੁਆਲਿਟੀ ਘੱਟ ਕਰਦੇ ਹਾਂ ਜਿਹੜਾ ਕੁਸ਼ਨ 40 ਦੀ ਜਗ੍ਹਾ ਆਪਾਂ 32 ਪਾਉਂਦੇ ਅੱਛਾ ਜੀ ਬਾਕੀ ਫਰੇਮ ਨਵਾਰ ਸਪਰਿੰਗ ਸਭ ਸੇਮ ਹੋਊਗਾ ਯੁਵਰਾਜ ਬਾਈ ਜੀ ਤੁਸੀਂ ਇੱਧਰ ਵੀ ਕਾਫੀ ਹਨਾ ਵੀ ਆਪਣਾ ਸਟਾਕ ਜਿਹੜਾ ਬਿਲਕੁਲ ਉਹ ਰੱਖਿਆ ਹੋਇਆ ਆ ਤੇ ਇਧਰ ਦੇ ਸਟਾਕ ਦੇ ਬਾਰੇ ਥੋੜੀ ਇਨਫੋਰਮੇਸ਼ਨ ਜਿਹੜੀ ਆ ਉਹ ਜੀ ਆਪਣਾ ਹੈਗਾ ਫੈਕਟਰੀ ਆਊਟਲੈਟ ਅੱਛਾ ਜੀ ਇੱਥੇ ਸਿਰਫ ਹੈਗੇ ਡਿਲੀਵਰੀਜ਼ ਵਾਲੇ ਸੋਫੇ ਆ ਹੁਣ ਬਣਿਆ ਚੈਸਟਰਫੀਲਡ ਸੋਫਾ ਅੱਛਾ ਜੀ ਚੈਸਟਰਫੀਲਡ ਹੋ ਗਿਆ ਡਿਲੀਵਰੀ ਚ ਬਣੇ ਕਿਸੇ ਦਾ ਇਹ ਚੱਲਾ ਇਹ ਮੇਰੇ ਖਿਆਲ ਨਾਲ ਪੰਚਕੂਲਾ ਸਾਈਡ ਚੱਲਾ ਠੀਕ ਹੈ ਤੇ ਯੂ ਸ਼ੇਪ ਬਣਾਇਆ ਆਪਾਂ ਕਸਟਮਰ ਦੇ ਸਾਈਜ਼ ਦੇ ਹਿਸਾਬ ਨਾਲ ਕਸਟਮਾਈਜ਼ ਕੀਤਾ ਇਹਦੀ ਫਿਨਿਸ਼ਿੰਗ ਦੇਖੋ ਤੁਸੀਂ ਆ ਚੀਜ਼ ਠੀਕ ਹੈ ਜੀ ਇਹ ਚੀਜ਼ ਹਨਾ ਵੀ ਅਗਰ ਆਪਾਂ ਦੇਖੀਏ ਤਾਂ ਚੈਸਟਰਫੀਲਡ ਡਿਜ਼ਾਈਨ ਹੈ ਠੀਕ ਹੈ ਹੁਣ ਸੇਮ ਇੱਕ ਕਸਟਮਾਈਜ਼ ਉਧਰ ਆ ਗਿਆ ਆਪਾਂ ਪਿਛਲੀ ਵੀਡੀਓ ਵਿੱਚ ਦਿਖਾਇਆ ਸੀ ਐਲੀਗੈਂਟ ਸੋਫਾ ਅੱਛਾ ਹਾਂ ਜੀ ਇਹ ਉਹਦੇ ਚ ਹੀ ਆ ਗਿਆ ਕਸਟਮਾਈਜ਼ ਸੋਫਾ ਇੱਕ ਪਾਸੇ ਆਪਾਂ 4 ਕੀਤਾ ਕਾਰਨਰ 3 ਸੀਟਰ ਤੇ 2 2 ਸੀਟਰ ਠੀਕ ਹੈ ਫਿਰ ਆਪਾਂ ਮੋਸਟਲੀ ਬਾਜੀ ਸਟਾਕ ਇਦਾਂ ਕਰਕੇ ਰੱਖੀਦਾ ਆ ਅੱਛਾ ਜੀ ਆਪਣੇ ਕੋ ਹਰ ਵੇਲੇ ਸਟਾਕ ਹੁੰਦਾ ਹੀ ਆ ਹੁਣ ਆਪਾਂ ਸੋਫੇ ਖੜੇ ਕਰਕੇ ਰੱਖੇ ਹੋਏ ਆ ਹਾਂ ਇਹ 4-5 ਸੈੱਟ ਪਏ ਆ ਓਕੇ ਜੀ ਹੁਣ ਆ ਵੀ ਇੱਕ ਕਸਟਮਾਈਜ਼ ਸੋਫਾ ਅਨੰਦਪੁਰ ਸਾਹਿਬ ਜਾਣਾ ਹੈ ਅੱਛਾ ਜੀ ਇਹ ਵੀ ਕਾਫੀ ਵਧੀਆ ਹਨਾ ਅਗਰ ਆਪਾਂ ਦੇਖੀਏ ਤਾਂ ਹੁਣ ਕਸਟਮਰ ਇੰਨੀ ਦੂਰੋਂ ਲੈਣ ਆਇਆ ਅਨੰਦਪੁਰ ਸਾਹਿਬ ਦਾ 3000 ਰੁਪਏ ਕਿਰਾਇਆ ਅੱਛਾ ਜੀ ਕਸਟਮਰ ਜੇ ਇੰਨੀ ਦੂਰੋਂ ਲੈਣ ਆਇਆ ਉਹਨੂੰ ਇੰਨੇ ਛੋਟੇ ਸੈੱਟ ਚ ਕੁਝ ਬਚਦਾ ਤਾਂ ਹੀ ਸਰ ਉਹ ਆਇਆ ਸਹੀ ਗੱਲ ਹੈ ਭਾਜੀ ਤਾਂ ਕਿ ਵੀ ਤਾਂ ਹੀ 3000 ਰੁਪਇਆ ਵੀ ਰੈਂਟ ਅਗਲੇ ਨੇ ਰੈਂਟ ਵੀ ਭਰਨਾ ਰਾਈਟ ਠੀਕ ਹੈ ਜੀ ਹੁਣ ਆ ਵੀ ਸੈੱਟ ਆ ਗਿਆ ਉਸੇ ਡਿਜ਼ਾਈਨ ਚ ਆ ਵੱਡਾ ਆ ਗਿਆ ਸੈੱਟ ਅੱਛਾ ਜੀ ਇਹ ਵੀ ਔਨ ਆਰਡਰ ਰੈਡੀ ਹੋਇਆ ਠੀਕ ਹੈ ਇਹ ਕਿੱਧਰ ਭੇਜਣੇ ਲੁਧਿਆਣੇ ਜਾਣਾ ਭਾਜੀ ਅੱਛਾ ਜੀ ਚਲੋ ਠੀਕ ਹੈ ਜੀ ਫੇਰ ਇੱਕ ਉਹ ਦੇਖੋ ਹੁਣ ਉਹ ਬੈਗ ਤੇ ਸਮਾਨ ਸਾਰਾ ਪੈਕ ਹੋਇਆ ਇਹ ਪ੍ਰੋਪਰ ਪੈਕਿੰਗ ਹੈ ਭਾਜੀ ਇਹ ਤਾਂ ਮੈਨੂੰ ਲੱਗਦਾ ਇਹਨਾਂ ਦੇ ਵੀਜ਼ੇ ਵੂਜ਼ੇ ਤਾਂ ਨਹੀਂ ਲਵਾ ਰਹੇ ਇਹ ਵੀਜ਼ਾ ਹੀ ਬਸ ਇਮੀਗ੍ਰੇਸ਼ਨ ਚ ਪਾਸ ਹੋਣੇ ਹੈ ਭਾਜੀ ਇਹ ਅੱਛਾ ਜੀ ਇਹ ਬਾਹਰ ਭੇਜ ਰਹੇ ਹੈ ਇਹ ਕੈਲੀਫੋਰਨੀਆ ਓਕਲੈਂਡ ਆ ਮੇਰੇ ਖਿਆਲ ਨਾਲ ਉੱਥੇ ਚੱਲੇ ਆ ਅੱਛਾ ਜੀ ਆ ਸਾਰਾ ਸਮਾਨ ਆ 5 ਬੈੱਡ ਆ 2 ਸੋਫੇ ਸਭ ਕੁਝ ਆ ਹੁਣ ਉਹ ਦੇਖੋ ਰੋਕਿੰਗ ਚੇਅਰ ਵੀ ਡੈਡ ਹਾਂ ਡੈਡ ਚੇਅਰ ਵੀ ਆਪਾਂ ਦਿਖਾਈਆਂ ਹੀ ਉਹ ਵੀ ਹਨਾ ਉਹ ਇਹ ਵੀ ਚੱਲੀ ਆ ਇੱਕ ਆ ਹੁਣ ਆ ਵੀ ਵੱਡੀ ਚੇਅਰ ਪਈ ਆ ਠੀਕ ਹੈ ਆ ਮਹਾਰਾਜਾ ਚੇਅਰ ਪਈਆਂ ਇਹ ਸਾਰੀ ਡਿਲੀਵਰੀਜ਼ ਦੇ ਹੀ ਆ ਅੱਛਾ ਜੀ ਮੇਰੇ ਕਾਰ ਬਜਟ ਚ ਆ ਗਿਆ ਸੋਫਾ ਠੀਕ ਹੈ ਇਹ ਚੱਲਾ ਕਪੂਰ ਥੱਲੇ ਸਾਡੇ ਮਾਨਨੀ ਐਸਡੀਐਮ ਸਾਹਿਬ ਘਰ ਸੋਫਾ ਅੱਛਾ ਜੀ ਉਹਨਾਂ ਦੇ ਕੋਲ ਜਾ ਰਿਹਾ ਹੈ ਐਲ ਸ਼ੇਪ ਚ ਹੀ ਹੈ ਠੀਕ ਹੈ ਆ ਵਰਸਾਚੇ ਆਰਟੀਕਲ ਆ ਗਿਆ ਅੱਛਾ ਇਹ ਚੱਲਾ ਜੀ ਬਟਾਲੇ ਓਕੇ ਫਿਰ ਇੱਕ ਆ ਰਹੇ ਕਸਟਮਰ ਹੋਣੇ ਤੁਹਾਡੇ ਵੀਡੀਓ ਚੱਲਦੇ ਸੀ ਉਹਨਾਂ ਨੇ ਪਹੁੰਚ ਜਾਣਾ ਅੱਛਾ ਜੀ ਇਹ ਵੀ ਆਪਾਂ ਕਸਟਮਾਈਜ਼ ਕੀਤਾ ਸੋਫਾ ਠੀਕ ਹੈ ਇੱਕ ਪਾਸੇ ਹੁਣ ਉਹਨਾਂ ਦੀ ਜਗ੍ਹਾ ਘੱਟ ਆ ਓਕੇ ਉਧਰ ਬਿਲਕੁਲ ਛੋਟਾ ਜਿਹਾ ਇੱਕ ਪਾਸੇ ਉਹ ਲੰਬਾ ਬਣਾਤਾ ਅੱਛਾ ਨਾਲ ਬਿਲਕੁਲ ਲੰਬਾ ਟੇਬਲ ਠੀਕ ਹੈ 3 ਸੀਟਰ ਪਫੀਜ਼ ਇੱਥੇ ਮੋਸਟਲੀ ਆਪਣੇ ਸਟਾਕ ਕਾਫੀ ਹੈ ਕਸਟਮਾਈਜ਼ ਵਾਸਤੇ ਹੈ ਤੁਹਾਨੂੰ ਸਾਈਜ਼ ਲੈ ਕੇ ਆਣਾ ਪੈਣਾ ਸਾਡੇ ਠੀਕ ਹੈ ਵੀ ਆਪਣੇ ਅਕੋਰਡਿੰਗ ਸਾਈਜ਼ ਲੈ ਕੇ ਆਓ ਸਭ ਕੁਝ ਹੈਗਾ ਤੇ ਬਾਕੀ ਤੁਹਾਡੇ ਸਾਹਮਣੇ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਯੁਵਰਾਜ ਬਾਈ ਤੁਹਾਡਾ ਟਾਈਮ ਦੇਣ ਦੇ ਲਈ ਤੇ ਸਟਾਕ ਜਿਹੜਾ ਆਪਾਂ ਉਧਰ ਤੁਹਾਡਾ ਜਿਹੜਾ ਮੇਨ ਸ਼ੋਰੂਮ ਆ ਉਹ ਤਾਂ ਦਿਖਾਇਆ ਇੱਥੇ ਜਿਹੜਾ ਫੈਕਟਰੀ ਆਊਟਲੈਟ ਹੈ ਉਹ ਵੀ ਤੇ ਆਪਾਂ ਸਿਰਫ ਕੁਆਲਿਟੀ ਚੈੱਕ ਕਰਾਈ ਹੈ ਵੀ ਆਪਾਂ ਕੀ ਕੁਆਲਿਟੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੇ ਬਾਈ ਤੁਸੀਂ ਨਾਲ ਦੇ ਨਾਲ ਇਹ ਵੀ ਦਿਖਾਇਆ ਕਿ ਵੀ ਕਿੱਦਾਂ ਤਿਆਰ ਹੁੰਦੇ ਆ ਫਰਨੀਚਰ ਹਨਾ ਲੇਕਿਨ YouTube ਤੇ ਤੁਹਾਨੂੰ ਕਿਸੇ ਨੇ ਇਹ ਚੀਜ਼ ਵੀ ਮੇਕਿੰਗ ਨਹੀਂ ਦਿਖਾਉਂਦਾ ਆਪ ਦੀ ਕੋਈ ਮੇਕਿੰਗ ਨਹੀਂ ਦਿਖਾਉਂਦਾ ਵੀ ਕਿਉਂਕਿ ਹਨਾ ਵੀ ਆਪਾਂ ਕੋਈ ਗੱਲਾਂ ਦੱਸਦੇ ਆ ਵੀ ਇਹ ਲੱਗ ਰਿਹਾ ਵਿੱਚ ਨਿਕਲਦਾ ਕੁਝ ਹੋਰ ਹੈ ਲੇਕਿਨ ਤੁਸੀਂ ਵੀ ਇਹ ਚੀਜ਼ ਇੱਕ ਵਧੀਆ ਕੀਤੀ ਵੀ ਮੇਕਿੰਗ ਦਿਖਾਈ ਬਿਲਕੁਲ ਕਿ ਹਨਾ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਬਿਲਕੁਲ ਤੇ ਇਸੇ ਤਰੀਕੇ ਦੇ ਨਾਲ ਜੀ ਵੀ ਅਸੀਂ ਤੁਹਾਡੇ ਸਟਾਕ ਜਿਹੜੇ ਆ ਉਹ ਤੁਹਾਨੂੰ ਦਿਖਾਉਂਦੇ ਰਵਾਂਗੇ ਯੁਵਰਾਜ ਫਰਨੀਚਰ ਤੋਂ ਬਹੁਤ ਬਹੁਤ ਸ਼ੁਕਰੀਆ ਯੁਵਰਾਜ ਬਾਈ ਤੁਸੀਂ ਜੀ ਹੋਮ ਫਰਨੀਚਿੰਗ ਦੀ ਹੋਰ ਵੀਡੀਓ ਦੇਖਣ ਦੇ ਲਈ ਇਸੇ ਤਰੀਕੇ ਦੇ ਨਾਲ ਸਾਡੇ ਚੈਨਲ ਨਾਲ ਜੁੜ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ